ਹਕੀਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਅੱਛਾ ਕਿਹੜੇ ਡਿਪਾਰਟਮੈਂਟ ਚੋਂ ਤੁਸੀਂ ਫਾਰਵਰਡ ਮੇਰੇ ਤੋਂ ਟਲਾ ਦੂੰਗਾ ਜੀ ਅੱਛਾ ਕਿੱਥੇ ਆਏ ਹੋ ਤੇ ਕੀ ਦੇਖਿਆ ਸੀ ਜੀ ਸਾਨੂੰ ਖੈਰ ਕਾਲ ਆਏ ਸੀ ਵੀ ਅਸੀਂ ਨਾਲ ਦੇ ਨਾਲ ਤੁਰੰਤ ਐਕਸ਼ਨ ਲਿਆ ਤੁਰੰਤ ਨਾਲ ਦੇ ਨਾਲ ਤੁਰ ਪਿਆ ਸੀ ਆਪਣੇ ਇੱਥੇ ਪਿੰਡ ਮੰਡਵਾ ਮੰਡਵੀ ਹਾਂ ਮੰਡਵੀ ਹਾਂ ਮੰਡਵੀ ਪਿੰਡ ਉੱਥੇ ਸਾਨੂੰ ਫਿਰ ਇੱਥੇ ਆ ਕੇ ਦੇਖਿਆ ਅਸੀਂ ਆਹ ਨਹਿਰ ਦੇ ਨਾਲ ਸੀਗਾ ਨਾ ਮਤਲਬ ਕਿਸੀ ਬਹੁਤ ਦਰਖਤਾਂ ਨੂੰ ਉੱਥੇ ਜਾ ਕੇ ਤੇ ਬਾਬਾ ਦੂਰ ਤੱਕ ਹੈਗੀ ਸੀ ਅੱਗ ਇਹ 1.5-2 ਕਿਲੋਮੀਟਰ ਲਗਭਗ ਹੈਗੀ ਸੀ ਉਹ ਫਿਰ ਅਸੀਂ ਫਾਇਰ ਟੈਂਡਰ ਦੇ ਨਾਲ ਅਸੀਂ ਉਹਨੂੰ ਕਾਬੂ ਕਰ ਲਿਆ ਹੁੰਦਾ ਵੈਸੇ ਪੱਟੀ ਵਾਲੀ ਕਾਰਵਾਈ ਦੇਖ ਰਿਹਾ ਜੀ ਪਾਉਣੇ ਆ ਜਿਹੜੇ ਜਿਹਨੇ ਅੱਗ ਵਗੈਰਾ ਲਾਈ ਉਹਨਾਂ ਦੀ ਕਾਰਵਾਈ ਕੀਤੀ ਜਾਊ ਹਾਂਜੀ ਹਾਂ ਹਾਂ ਜ਼ਰੂਰ ਕਰੀ ਜਾਊ ਕਾਰਵਾਈ ਉਹਨਾਂ ਤੇ ਇਹ ਜੀ ਆ ਸੈਨਪੁਰੇ ਦੇ ਪੁਲ ਦੇ ਕੋਲ ਨਾ ਬਹੁਤ ਸਾਰੀ ਅੱਗ ਲੱਗੀ ਸੀ ਦਰਖਤ ਬਹੁਤ ਮੱਚ ਗਏ ਹੋਰ ਜੀਵ ਜੰਤੂ ਬਹੁਤ ਮੱਚੇ ਨੇ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰਿਆ ਇਹ ਵੀ ਥੋੜ੍ਹੇ ਟਾਈਮ 'ਚ ਪਹੁੰਚ ਗਏ ਅਤੇ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਅੱਗ ਬੁਝਾਈ ਅਤੇ ਹੁਣ ਅੱਗ ਨੂੰ ਬੰਦ ਕਰ ਲਿਆ ਗਿਆ SDM ਕਰਨਦੀਪ ਸਿੰਘ ਜੀ ਨੂੰ ਫੋਨ ਕੀਤਾ ਉਹਨਾਂ ਨੇ ਜਦੇ ਫੋਨ ਚੱਕਿਆ ਅਤੇ ਉਹਨਾਂ ਨੇ ਜਦੇ ਫਾਇਰ ਬ੍ਰਿਗੇਡ ਨੂੰ ਇੱਥੇ ਭੇਜਿਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਹਿਲੇ ਫੋਨ 'ਤੇ ਸਾਡੇ ਨਾਲ ਰਾਬਤਾ ਕਰਕੇ ਫਾਇਰ ਬ੍ਰਿਗੇਡ ਗੱਡੀ ਨੂੰ ਭੇਜਿਆ ਅਤੇ ਅੱਗ 'ਤੇ ਕਾਬੂ ਪਾਇਆ ਜੋੜੇ ਪੁਲ ਵਾਲੀ ਨਹਿਰ 'ਤੇ ਖੜ੍ਹੇ ਹਾਂ ਜੀ ਇਹ ਅੱਗ 3-4 ਕਿਲੋਮੀਟਰ ਗਾਹਾਂ ਤੋਂ ਲੱਗ ਕੇ ਪੁਲ ਤੱਕ ਸੈਨਪੁਰੇ ਤੱਕ ਆ ਗਈ ਮਨਮੀ ਦੇ ਪੁਲ ਤੱਕ ਇਹ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ SDO ਸਾਹਿਬ ਦਾ ਕਰਨਦੀਪ ਸਿੰਘ ਦਾ ਉਹਨਾਂ ਨੇ ਪਹਿਲੇ ਰੈਂਕ 'ਤੇ ਸਾਡਾ ਰਾਬਤਾ ਹੋਇਆ ਉਹਨਾਂ ਨਾਲ ਉਹਨਾਂ ਨੇ ਜਦੀ ਕੋਸ਼ਿਸ਼ ਕਰਕੇ ਇਹਨਾਂ ਨੂੰ ਭੇਜਿਆ ਫਿਰ ਬੜੇ ਵਾਲਿਆਂ ਨੂੰ ਭੇਜਿਆ ਜੀ ਅਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਹੁਤ ਮਾੜੀ ਗੱਲ ਆ ਜੀਵ ਜੰਤ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀਵ ਜੰਤ ਫੁੱਕ ਗਿਆ ਦਰਖਤ ਫੁੱਕ ਗਏ ਜਾਣੀ ਕਿ ਬੜਾ ਨੁਕਸਾਨ ਹੋ ਗਿਆ ਇਹ ਕਾਰਵਾਈ ਵੀ ਹੋਣੀ ਚਾਹੀਦੀ ਆ ਸਾਨੂੰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ 'ਤੇ ਵਧੀਆ ਤੋਂ ਵਧੀਆ ਕਾਰਵਾਈ ਕੀਤੀ ਜਾਵੇ। ਹਾਂ